250 ਜਿਹੜਾ ਬਾਜ਼ਾਰ 'ਚ ਮਿਲਦਾ ਇੱਕ ਇੱਕ ਹਜ਼ਾਰ ਦਾ ਸੂਟ, ਮਾਤੂ ਸ਼੍ਰੀ ਦਸਤਾਰ ਨੇ ਕਰਤਾ 250 ਗਰਮੀ ਗੁਰਮੀ ਦਾ ਲੱਗਣ ਨਹੀਂ ਦੇਣੀ। ਸੂਟ ਏਦਾਂ ਨੇ ਲਿਆ ਤੇ ਸਿਰਫ 2000 ਵਾਲਾ ਸੂਟ 750 ਚ ਲੈ ਜਾਓ। ਬਾਜ਼ਾਰ ਦੇ ਵਿੱਚ ਰੇਟ ਕੀ ਆ? ਕਹਿੰਦੇ 800 ਰੁਪਇਆ ਸਵਾਈ, 1500 ਦਾ ਸੂਟ, ਆ ਕਰਦੀਆਂ ਜੇ 850 ਰੁਪਏ ਦਾ ਸੂਟ। ਬਾਜ਼ਾਰ 'ਚ 1500-1700 ਮੂਲ ਮੰਗਿਆ ਰੇਟ ਮੰਗਦੇ ਆ, 1000 ਰੁਪਏ ਰੇਟ ਉੱਤੇ ਲਿਖ ਕੇ ਲਾਤਾ। ਬੁਟੀਕਾਂ 'ਚੋਂ ਕੱਪੜਾ ਲੈਂਦੇ ਹੋ, ਸਟਿਚਿੰਗ ਕਰਾਉਂਦੇ ਹੋ, ਡਿਜ਼ਾਈਨ ਫੇਰ ਵੀ ਤੁਹਾਨੂੰ ਇੱਦਾਂ ਦਾ ਨਹੀਂ ਮਿਲਦਾ। ਇੱਥੇ ਤੁਹਾਨੂੰ 3000 ਵਾਲਾ ਰੈਡੀਮੇਡ ਸੂਟ ਦੁਪੱਟਾ ਨਾਲ 1275 ਚ ਮਿਲ ਜਾਣਾ। ਵੱਡਾ ਫਾਇਦਾ ਹੋਣਾ ਇੱਥੇ, 50000 ਵਾਲਾ ਕੱਪੜਾ 15000 ਦੇਵਾਂਗੇ, ਲਿਖ ਕੇ ਗਰੰਟੀ ਦੇ ਦਿਆ। ਭਾਵੇਂ ਤੁਸੀਂ ਕੈਨੇਡਾ, ਅਮਰੀਕਾ, ਇੰਗਲੈਂਡ ਜਿੱਥੋਂ ਮਰਜ਼ੀ ਆ ਜਾਓ, ਫਾਇਦੇ ਬਹੁਤ ਵੱਡੇ ਕਰਨੇ ਆ। ਬਾਜ਼ਾਰ 'ਚ 12-13000 ਤੋਂ ਘੱਟ ਨਹੀਂ। ਆ ਅੰਕਲ ਮਾਤੂ ਸ਼੍ਰੀ ਦਸਤਾਰ ਨੇ ਆ ਵਿਆਹ ਵਾਲੀ ਕੁੜੀ ਨੂੰ ਦੇਤਾ ਤੋਹਫਾ, ਕਹਿੰਦਾ ਲੈ ਜਾਓ 5000 'ਚ ਪੂਰਾ ਸੂਟ। ਰੈਡੀਮੇਡ ਗਾਊਨ, ਡਰੈੱਸਾਂ, ਸ਼ਰਾਰੇ, ਗਰਾਰੇ, ਲਹਿੰਗਾ, ਵਨ ਪੀਸ ਡਰੈੱਸ, ਆਹ ਦੇਖੋ ਅਨਾਰਕਲੀਆਂ ਜਿਹੜੀਆਂ ਯਾਰ 15-15000 ਰੁਪਈਆ ਡੰਮੀਆਂ 'ਤੇ ਲਾ ਕੇ ਦੁਕਾਨਦਾਰ ਦੇਈ ਜਾਂਦੇ, ਫਿਰ 4-4, 5-5000, 5500 ਦੇ ਵਿੱਚ ਦੇਈ ਜਾਂਦੇ ਆ। ਆਹ ਦੇਖੋ ਦਿੱਲੀ ਬੰਬੇ ਵਾਲੇ ਆਰਟੀਕਲ, ਜਿਹਨਾਂ ਨੇ ਕਰਨਾ ਨਵਾਂ ਕੰਮ ਸ਼ੁਰੂ, ਤੁਸੀਂ ਰੀਸੇਲਰ ਹੋ, ਤੁਸੀਂ ਦੁਕਾਨਦਾਰ ਹੋ, ਤੁਹਾਡੇ ਬਹੁਤ ਵੱਡੇ ਫਾਇਦੇ ਕਰ ਦੇਣੇ ਆ। 250 ਜਿਹੜਾ ਬਾਜ਼ਾਰ 'ਚ ਮਿਲਦਾ ਇੱਕ ਇੱਕ ਹਜ਼ਾਰ ਦਾ ਸੂਟ, ਮਾਤੂ ਸ਼੍ਰੀ ਦਸਤਾਰ ਨੇ ਕਰਤਾ 250 ਜਿਹੜਾ ਬਾਜ਼ਾਰ 'ਚ ਮਿਲਦਾ ਇੱਕ, ਸਾਡੇ ਕੋਲੋਂ ਲੈ ਜਾਓ 1000 ਦੇ 4-250 ਦਾ ਸੂਟ, 250 ਦਾ ਸੂਟ। ਡਿਜ਼ਾਈਨ ਚੈੱਕ ਕਰ ਲਓ ਜੀ, ਪ੍ਰਿੰਟ ਚੈੱਕ ਕਰ ਲਓ, ਰੰਗ ਚੈੱਕ ਕਰ ਲਓ। ਜਿਹੜਾ 1000 ਦਾ ਇੱਕ ਲੈਣਾ, ਮਾਤੂ ਸ਼੍ਰੀ ਦਸਤਾਰ ਕਰਦੀਆਂ 'ਤੇ ਆ ਜਾਓ, 1000 ਦੇ 4 ਸੂਟ ਲੈ ਜਾਓ। ਸਲੋ ਵੀ ਜਿਹਨਾਂ ਨੇ ਕਰਨਾ ਨਵਾਂ ਕੰਮ ਸ਼ੁਰੂ, ਤੁਸੀਂ ਰੀਸੇਲਰ ਹੋ, ਤੁਸੀਂ ਦੁਕਾਨਦਾਰ ਹੋ, ਤੁਹਾਡੇ ਬਹੁਤ ਵੱਡੇ ਫਾਇਦੇ ਕਰ ਦੇਣੇ ਆ। 350 ਦੇ ਕਰਤੇ ਨਾਲ ਪ੍ਰਿੰਟ ਬੋਟਮ ਲਾ ਕੇ, ਪ੍ਰਿੰਟ ਦੁਪੱਟਾ 350 ਜਿਹੜੇ ਬਾਜ਼ਾਰ ਦੇ ਵਿੱਚ 15-1500 ਦਾ, ਸਾਡੇ ਕੋਲੋਂ ਲੈ ਜਾਓ ਸਿਰਫ 500 ਦਾ। ਗਰਮੀਆਂ ਵਾਲੇ ਸੂਟਾਂ ਦੇ ਵਿੱਚ ਬਹੁਤ ਵੱਡੀ ਧਮਾਕੇਦਾਰ ਹੱਲਾ ਬੋਲ ਮਹਾ ਬੰਪਰ ਸੇਲ ਲਗਾ ਦੀ, ਚੱਕ ਲਓ ਛੇਤੀ 650 'ਚ ਸੂਟ, ਚੱਕ ਲਓ 650 ਦੇ ਵਿੱਚ, ਚੱਕ ਲਓ ਸਿਰਫ 2000 ਵਾਲਾ ਸੂਟ 750 ਚ ਲੈ ਜਾਓ, 750 ਚ ਲੈ ਜਾਓ। ਚੱਕੋ ਜੀ ਵਰਕ ਵਾਲਾ ਵੀ ਸੂਟ ਆ ਗਿਆ, ਦੇਖੋ ਕਿੰਨਾ ਸੋਹਣਾ ਹੈਂਡ ਵਰਕ ਹੋਇਆ, ਦੁਪੱਟਾ ਕਿੰਨਾ ਸ਼ਾਨਦਾਰ ਲਾਇਆ ਭਾਈ, ਦੁਪੱਟਾ ਦਿਖਾ ਦਿਓ ਘਰਾਂ ਦੀ, ਆਹ ਦਿਖਾ ਤਾ ਲੋਕਾਂ ਨੂੰ ਗਰਮੀ ਦੇ ਵਿੱਚ, ਆ ਰੇਟ ਕੱਢ ਤੇ ਜਿਹੜੇ ਮਾਤੂ ਸ਼੍ਰੀ ਦਸਤਾਰ ਨੇ। ਲਓ ਜੀ ਕਹਿੰਦੇ ਗਰਮੀ ਗੁਰਮੀ ਦਾ ਲੱਗਣ ਨਹੀਂ ਦੇਣੀ, ਸੂਟ ਇੱਦਾਂ ਦੇ ਲਿਆ ਤੇ, ਕੱਪੜਾ ਇੱਦਾਂ ਦਾ ਲਿਆ ਤਾ, ਸੂਟਾਂ ਦੇ ਵਿੱਚ ਏਸੀ ਫਿੱਟ ਕਰਤਾ ਜੀ, ਏਸੀ ਫਿੱਟ, ਠੰਡੇ ਠਾਰੇ ਲੈ ਜਾਓ, ਕੋਈ ਇਹਨੂੰ ਪਾਕਿਸਤਾਨੀ, ਕੋਈ ਇਹਨੂੰ ਅਫਗਾਨੀ, ਕੋਈ ਕਹਿੰਦੇ ਦੁਬਈ ਵਾਲਾ, ਕੋਈ ਕਹਿੰਦਾ ਅਫਗਾਨਿਸਤਾਨ ਵਾਲਾ, ਕਹਿ ਕਹਿ ਕੇ 3000 ਸੂਟ ਵੇਚਦੇ ਆ, ਸਾਡੇ ਕੋਲ ਲੈ ਜਾਓ 850। ਚੱਕੋ ਜੀ ਵੀ ਕੱਟ ਗਲਾ ਬੁਟੀਕ ਸੂਟ ਲੈ ਆਉਂਦਾ, ਬਾਜ਼ਾਰ 'ਚ 1500-1700 ਮੂਲ ਮੰਗਿਆ ਰੇਟ ਮੰਗਦੇ ਆ, 1000 ਰੁਪਏ ਰੇਟ ਉੱਤੇ ਲਿਖ ਕੇ ਲਾਤਾ। ਕਹਿੰਦੇ 3500 ਨਾ, ਕਹਿੰਦੇ 2800-1275 'ਚ, ਵੱਡਾ ਫਾਇਦਾ ਹੋਣਾ ਇੱਥੇ, 50000 ਵਾਲਾ ਕੱਪੜਾ 15000 ਦੇਵਾਂਗੇ, ਲਿਖ ਕੇ ਗਰੰਟੀ ਦੇ ਦਿੱਤੀ ਆ। ਦਾਦੀਆਂ, ਨਾਨੀਆਂ ਲਈ, ਬਜ਼ੁਰਗਾਂ ਲਈ ਵੀ ਕਹਿੰਦੇ ਵਰਾਇਟੀ ਚੁਣ ਚੁਣ ਕੇ ਲਿਆਂਦੀ ਆ। ਬਿਲਕੁਲ ਭਾਜੀ, ਆ ਸੂਟ ਚੈੱਕ ਕਰੋ ਜੀ, ਘੇਰੇ ਤੇ ਹੋਈ ਕਿੰਨੀ ਸ਼ਾਨਦਾਰ ਕਢਾਈ, 5 ਦਿਨਾਂ ਦੀ ਲਾਤੀ, ਹੱਲਾ ਬੋਲ ਬੰਪਰ ਸੇ ਲਾਤੀ ਆ। ਆ ਜਾਓ ਛੇਤੀ, ਨਜ਼ਾਰੇ ਭਾਈ ਨਜ਼ਾਰੇ, ਨੋਟਾਂ ਦੀਆਂ ਗੱਟੀਆਂ ਲਿਆਓ, ਪੈਸੇ ਬਚਾ ਕੇ ਭੇਜਾਂਗੇ।
ਕੱਪੜਾ ਚੰਗਾ ਦੇਵਾਂਗੇ। 250 ਦਾ ਸੂਟ, 500 ਦਾ ਸੂਟ, 5000 ਦਾ ਸੂਟ, 2000 ਦਾ ਸੂਟ, 2500 ਦਾ ਸੂਟ, ਵਰਾਇਟੀਆਂ ਇੰਨੀਆਂ ਜ਼ਿਆਦੀਆਂ ਨਾ ਬਾਜ਼ਾਰ ਨਾਲੋਂ 3-3 ਗੁਣਾ ਰੇਟ ਘੱਟ ਕਰ ਦਿੱਤੇ ਆ। ਲਓ ਵੀ ਆਹ ਚੱਕੋ ਰਾਣੀਆਂ ਮਹਾਰਾਣੀਆਂ ਵਾਲੇ ਟੋਪ ਟੋਪ ਦੇ ਸੂਟ, ਭਾਵੇਂ ਤੁਸੀਂ ਕੈਨੇਡਾ, ਅਮੈਰੀਕਾ, ਇੰਗਲੈਂਡ ਜਿੱਥੋਂ ਮਰਜ਼ੀ ਆ ਜਾਓ, ਫਾਇਦੇ ਬਹੁਤ ਵੱਡੇ ਕਰਨੇ ਆ। ਜਿਨ੍ਹਾਂ ਨੇ ਲੈਣਾ ਵਿਆਹਾਂ ਸ਼ਾਦੀਆਂ ਦਾ ਕੱਪੜਾ, ਦਾਜ ਬਿਰ ਦਾ ਕੱਪੜਾ, ਤੁਹਾਡੇ ਘਰਾਂ 'ਚ ਆ ਗਈਆਂ ਖੁਸ਼ੀਆਂ, ਦਿਨ ਸੌਤੇ ਪਾਉਣੇ ਆ ਸੂਟ, ਰਾਣੀਆਂ ਮਹਾਰਾਣੀ ਲਈ ਪਾਉਣੀਆਂ ਲੁੱਕ, ਜਿਹੜੇ ਬਾਜ਼ਾਰ 'ਚ 35-35 ਹਜ਼ਾਰ ਦੇ ਸੂਟ ਵਿਕਦੇ ਆ, 40-40 ਹਜ਼ਾਰ ਦੇ ਵਿਕਦੇ ਆ, ਇਹ ਉਹਨਾਂ ਸ਼ੌਕੀਨ ਕੁੜੀ ਵਾਲੀ ਚੀਜ਼ਾਂ ਦਿਖਾ ਰਹੇ ਹਾਂ। 35 ਹਜ਼ਾਰ ਵਾਲੀ ਚੀਜ਼ ਇੱਥੇ 10-12 ਹਜ਼ਾਰ 'ਚ ਮਿਲ ਜਾਣੀ ਆ। ਫਰੰਟ ਚੈੱਕ ਕਰ ਲਓ, ਘੇਰਾ ਚੈੱਕ ਕਰ ਲਓ, ਬਾਹਾਂ ਦੇ ਕੰਮ ਚੈੱਕ ਕਰ ਲਓ, ਲਗਜ਼ਰੀ ਦੁਪੱਟਾ ਚੈੱਕ ਕਰ ਲਓ, ਇੱਦਾਂ ਦੀਆਂ ਚੀਜ਼ਾਂ ਇੱਕੋ ਹੀ ਛੱਤ ਹੇਠਾਂ ਦੇਣੀਆਂ। ਦੇਖੋ ਬਾਜ਼ਾਰ 'ਚ 12-13 ਹਜ਼ਾਰ ਤੋਂ ਘੱਟ ਨਹੀਂ। ਆਹ ਅੰਕਲੋਂ ਮਾਤੂ ਸ਼੍ਰੀ ਦਸਤਾਰ ਨੇ ਆਹ ਵਿਆਹ ਵਾਲੀ ਕੁੜੀ ਨੂੰ ਦੇਤਾ ਤੋਹਫਾ, ਕਹਿੰਦਾ ਲੈ ਜਾਓ 5000 ਚ ਪੂਰਾ ਸੂਟ, ਰੈਡੀਮੇਡ ਗਾਊਨ, ਡਰੈਸਾਂ, ਸ਼ਰਾਰੇ, ਗਰਾਰੇ, ਲਹਿੰਗਾ, ਵਨ ਪੀਸ ਡਰੈਸ, ਆਹ ਦੇਖੋ ਅਨਾਰਕਲੀਆਂ ਜਿਹੜੀਆਂ ਯਾਰ 15-15 ਹਜ਼ਾਰ ਰੁਪਈਆ ਡੰਮੀਆਂ ਦੇ ਲਾ ਕੇ ਦੁਕਾਨਦਾਰ ਦੇਈ ਜਾਂਦੇ, ਫਿਰ 4-4, 5-5 ਹਜ਼ਾਰ 5500 ਦੇ ਵਿੱਚ ਦੇਈ ਜਾਂਦੇ ਆ। ਆਹ ਦੇਖੋ ਦਿੱਲੀ ਬੰਬੇ ਵਾਲੇ ਆਰਟੀਕਲ, ਆਹ ਦੇਖੋ ਤੁਸੀਂ ਚੀਜ਼ਾਂ, ਮਿਰਰ ਵਰਕ ਟੌਪ ਚੈੱਕ ਕਰ ਲਓ, ਲਹਿੰਗਾ ਚੋਲੀ ਚੈੱਕ ਕਰ ਲਓ, ਦੁਪੱਟਿਆਂ ਦੇ ਕੰਮ ਚੈੱਕ ਕਰ ਲਓ, ਆਹ ਦੇਖੋ ਜੀ ਬਲੂ ਕਲਰ, ਇਹਦੇ ਵਿੱਚ ਵੀ ਬਹੁਤ ਵਧੀਆ ਵਧੀਆ ਚੀਜ਼ਾਂ ਤੁਹਾਨੂੰ ਇੱਥੋਂ ਮਿਲ ਜਾਣੀਆਂ। ਹਰ ਇੱਕ ਚੀਜ਼ ਬਾਜ਼ਾਰ ਨਾਲੋਂ ਵੀ ਸਸਤਾ ਦੇ ਰਹਿਣਾ, ਬਾਜ਼ਾਰ ਨਾਲੋਂ ਸਸਤਾ। ਚੱਕੋ ਜੀ ਸੂਟ ਆ ਗਿਆ ਜੀ, ਸੀਤਾ ਸਤਾਇਆ ਸੂਟ ਆ ਗਿਆ ਜੀ, ਬਾਜ਼ਾਰ ਦੇ ਵਿੱਚ ਰੇਟ ਕੀ ਆ, ਕਹਿੰਦੇ 800 ਰੁਪਇਆ ਸਵਾਈ, 1500 ਦਾ ਸੂਟ, ਸੂਟ ਤਾਂ ਮਹਿੰਗਾ ਬਹੁਤ ਪੈ ਗਿਆ ਨਾ ਭੈਣਾ, ਹੁਣ ਤੈਨੂੰ ਸੂਟ ਸੀਤਾ ਸਤਾਇਆ ਦੇਣਾ ਮਾਤੂ ਸ਼੍ਰੀ ਨੇ, ਆ ਕਰ ਦੀਆਂ ਜੇ 850 ਰੁਪਏ ਦਾ ਸੂਟ, ਉਹ ਸੀਤਾ ਸਤਾਇਆ ਸੂਟ ਭਾਜੀ 850 ਦਾ। ਦੇਖੋ ਜੀ ਜਿਹੜਾ ਤੁਸੀਂ 2500-2500 3-3 ਹਜ਼ਾਰ ਰੁਪਇਆ ਲਾਉਂਦੇ ਹੋ ਬੁਟੀਕਾਂ ਨੂੰ, ਕੱਪੜਾ ਲੈਂਦੇ ਹੋ, ਸਟਿਚਿੰਗ ਕਰਾਉਂਦੇ ਹੋ, ਡਿਜ਼ਾਈਨ ਫੇਰ ਵੀ ਤੁਹਾਨੂੰ ਇੱਦਾਂ ਦਾ ਨਹੀਂ ਮਿਲਦਾ, ਇੱਥੇ ਤੁਹਾਨੂੰ 3000 ਵਾਲਾ ਰੈਡੀਮੇਡ ਸੂਟ ਦੁਪੱਟਾ ਨਾਲ 1275 ਚ ਮਿਲ ਜਾਣਾ। ਆਹ ਦੇਖੋ ਡਿਜ਼ਾਈਨ ਤੁਸੀਂ ਚੈੱਕ ਕਰ ਲਓ, ਵੱਡੇ ਵੱਡੇ ਬ੍ਰਾਂਡ, ਚਾਹੇ ਤੁਸੀਂ ਪਿੰਡਾਂ ਤੋਂ ਸ਼ਹਿਰੀ ਹੋ, ਹਰ ਇੱਕ ਕਸਟਮਰ ਲਈ ਟੌਪ ਦੀਆਂ ਚੀਜ਼ਾਂ। ਆਹ ਦੇਖੋ 1500 ਰੁਪਏ ਦੇ ਵਿੱਚ ਕੰਪਲੀਟ, ਆਹ ਦੇਖੋ ਹਰ ਇੱਕ ਤਰ੍ਹਾਂ ਦਾ ਸਾਈਜ਼ ਮਿਲ ਜਾਣਾ, ਹਰ ਇੱਕ ਤਰ੍ਹਾਂ ਦਾ ਰੰਗ ਮਿਲ ਜਾਣਾ, ਹਰ ਇੱਕ ਤਰ੍ਹਾਂ ਦਾ ਡਿਜ਼ਾਈਨ ਮਿਲ ਜਾਣਾ। ਆਹ ਦੇਖੋ ਤਾਂ ਚਹਿਲ ਚਹਿਲ ਕਰਦਾ ਕਿ ਨਹੀਂ ਕਰਦਾ, ਹੁਣ ਤੁਹਾਨੂੰ 4-4 ਹਜ਼ਾਰ ਰੁਪਈਆ ਲਾ ਕੇ ਇੱਦਾਂ ਦੇ ਪੀਸ ਤਿਆਰ ਕਰਾਉਣ ਦੀ ਲੋੜ ਨਹੀਂ ਹੈਗੀ, 1500 ਚ ਦਵਾਂਗੇ, 1500 ਚ। ਦੇਖੋ ਜੀ ਦੁਕਾਨਦਾਰਾਂ ਦੇ ਘਟਣੇ ਆ ਬੀਪੀ, ਤੇ ਲੋਕਾਂ ਨੂੰ ਹੋਣੀ ਆ ਖੁਸ਼ੀ, ਆਹ ਦਿਲ ਨੂੰ ਮਿਲਣੀ ਰਾਹਤ ਤੇ ਜੇਬ ਨੂੰ ਵੀ ਮਿਲਣੀ ਆ ਰਾਹਤ। ਆ ਚੱਕੋ ਜੀ 1200, 1500, 1700, ਆ ਜੋ ਰੇਟ ਦੇ ਰਿਹਾ ਆ ਅੰਕਲ ਓਮ ਮਾਤੂ ਸ਼੍ਰੀ ਕਾਦੀਆਂ ਦੀ ਧਰਤੀ ਦੇ, ਜਿਹੜੇ ਤੁਹਾਡੇ ਫਾਇਦੇ ਕਰ ਰਿਹਾ, ਆ ਗਰਮੀਆਂ ਦੇ ਵਿੱਚ ਚੈਲੰਜ ਕਰਦੇ ਆ, ਕਿਸੇ ਤੋਂ ਨਹੀਂ ਦੇ ਹੋਣੇ, ਆ ਰੇਟ ਨਹੀਂ ਦੇ ਹੋਣੇ ਜਗੜ ਸਾਹਿਬ। ਲਓ ਵੀ ਜੇ ਤਾਂ ਹੁਣ ਤੁਸੀਂ ਪੈਸੇ ਬਚਾਉਣੇ ਆ, ਚੀਜ਼ਾਂ ਚੰਗੀਆਂ ਲੈਣੀਆਂ ਆ, ਟੌਪ ਦੀਆਂ ਸੇਲ ਲੱਗ ਗਈ ਬਹੁਤ ਵੱਡੀ, ਛੇਤੀ ਛੇਤੀ ਆ ਜਾਓ, ਮੈਂ ਬਾਰ ਬਾਰ ਕਹਿੰਦਾ ਜੋ ਫਾਇਦੇ ਤੁਹਾਡੇ ਇੱਥੇ ਅਸੀਂ ਕਰ ਦੇਣੇ ਆ।